ਸਾਂਝਾ ਪੰਜਾਬ ਟੀਵੀ ਦੇ ਪ੍ਰੋਗਰਾਮ ਫੇਸ ਟੂ ਫੇਸ ਹਰਜੀਤ ਗਿੱਲ ਵੱਲੋਂ ਤੁਹਾਡਾ ਕਰਦੇ ਹਾਂ ਜੀ ਨਿੱਘਾ ਸਵਾਗਤ। ਅੱਜ ਅਸੀਂ ਪਹੁੰਚੇ ਹੋਏ ਹਾਂ ਅੰਮ੍ਰਿਤਸਰ, ਜਿੱਥੋਂ ਜ਼ਿਮਨੀ ਲੋਕ ਸਭਾ ਚੋਣ ਲਈ ਕਾਂਗਰਸ ਦੇ ਉਮੀਦਵਾਰ ਸਰਦਾਰ ਔਜਲਾ ਸਾਹਿਬ ਸਾਡੇ ਨਾਲ ਨੇ। ਅਸੀਂ ਗੁਰਜੀਤ ਸਿੰਘ ਔਜਲਾ ਨਾਲ ਕਰਾਉਂਦੇ ਆਪਣੇ ਸਰੋਤਿਆਂ ਦੀ ਗੱਲਬਾਤ। ਔਜਲਾ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਡਾ ਅਸੀਂ ਕਰਦੇ ਹਾਂ ਆਪਣੇ ਚੈਨਲ ਰਾਹੀਂ ਸਵਾਗਤ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ, ਤੁਸੀਂ ਟਾਈਮ ਦਿੱਤਾ ਮੈਨੂੰ ਇਸ ਰੂਬਰੂ ਹੋਣ ਲਈ ਸਾਰੀ ਸੰਗਤ ਦੇ ਨਾਲ। ਜੀ, ਇਸ ਸਮੇਂ ਯੂਰਪ ਦੇ ਵਿੱਚ ਤੁਹਾਡੇ ਸਾਡੇ ਦਰਸ਼ਕ ਜਿਹੜੇ ਜੀ ਉਹ ਪ੍ਰੋਗਰਾਮ ਨੂੰ ਦੇਖ ਰਹੇ ਨੇ, ਇਸੇ ਤਰ੍ਹਾਂ ਹੀ ਨੌਰਥ ਅਮਰੀਕਾ ਟੋਰਾਂਟੋ ਤੋਂ ਸਾਂਝਾ ਪੰਜਾਬ ਟੀਵੀ ਦੇ ਜਿਹੜੇ ਦਰਸ਼ਕ ਨੇ ਜੀ ਉਹ ਵੀ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ। ਸਭ ਤੋਂ ਪਹਿਲਾਂ ਤੁਹਾਡੇ ਕੋਲ ਅਸੀਂ ਜਾਣਨਾ ਚਾਹਾਂਗੇ ਕਿਸ ਤਰ੍ਹਾਂ ਚੱਲ ਰਹੀ ਹੈ ਜੀ ਮੁਹਿੰਮ। ਗੁਰੂ ਰਾਮਦਾਸ ਦੀ ਨਗਰੀ 'ਚ ਜਿਹੜੀ ਮੁਹਿੰਮ ਚੱਲ ਰਹੀ ਹੈ ਇਸ ਵੇਲੇ ਮੇਰੀ ਇਲੈਕਸ਼ਨ ਦੀ, ਗੁਰੂ ਦੀ ਬਹੁਤ ਕਿਰਪਾ ਹੈ ਔਰ ਬਹੁਤ ਸੋਹਣੀ ਚੱਲ ਰਹੀ ਹੈ ਔਰ ਲੋਕਾਂ ਦਾ ਵਿਸ਼ਵਾਸ ਜਿਹੜਾ ਮੈਂ ਪਿਛਲੇ ਸਮੇਂ 'ਚ ਜਿਉਂ ਆਪਾਂ ਇਸ ਫੀਲਡ 'ਚ ਆਏ ਹਾਂ ਰਾਜਨੀਤੀ ਦੇ 'ਚ, ਬਹੁਤ ਤਰੀਕੇ ਦੇ ਨਾਲ ਹਰ ਮੁੱਦਾ ਮੈਂ ਚੱਕਿਆ ਹੈ ਔਰ ਲੋਕ ਮੇਰੇ 'ਚ ਵਿਸ਼ਵਾਸ ਕਰਦੇ ਆ ਕਿ ਮੈਂ ਜਿਹੜੇ ਅੰਮ੍ਰਿਤਸਰ ਦੇ ਜੁੜੇ ਹੋਏ ਮੁੱਦੇ ਆ ਜਿਹੜੇ ਧਰਤੀ ਦੇ ਨਾਲ, ਉਹ ਇਹ ਬੰਦਾ ਪਾਰਲੀਮੈਂਟ ਤੱਕ ਚੁੱਕ ਸਕਦਾ ਆ। ਇਸ ਕਰਕੇ ਲੋਕ ਪਾਰਟੀ ਬਾਈ ਤੋਂ ਵੀ ਉੱਤੇ ਉੱਠ ਕੇ ਔਰ ਹਰ ਤਰ੍ਹਾਂ ਦਾ ਬੰਦਾ ਜਿਹੜਾ ਇਨਸਾਨ ਆ ਉਹ ਮੇਰੀ ਮਦਦ ਕਰਨ ਨੂੰ ਤਿਆਰ ਬੈਠਾ ਹੈ। ਕਿਹੜੇ ਕਿਹੜੇ ਮੁੱਦੇ ਨੇ ਜੀ ਅੰਮ੍ਰਿਤਸਰ ਸ਼ਹਿਰ ਦੇ ਜਿਹੜੇ ਤੁਸੀਂ ਪਾਰਲੀਮੈਂਟ 'ਚ ਉਠਾਉਣਾ ਚਾਹੋਗੇ, ਜਿਨ੍ਹਾਂ ਵਿੱਚ NRI ਨੂੰ ਖਾਸ ਕਰਕੇ ਪ੍ਰਭਾਵਿਤ ਕਰਦਾ ਜੀ ਏਅਰਪੋਰਟ ਦਾ ਜਿਹੜਾ ਮੁੱਦਾ, ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਉਹ ਜ਼ਰੂਰ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨਾਲ ਸਾਂਝਾ ਕਰੋ। ਮੈਂ ਬੇਨਤੀ ਕਰਨੀ ਚਾਹੁੰਦਾ ਕਿ ਦੇਖੋ ਗੁਰੂ ਨਗਰੀ ਆ, ਇੱਥੇ ਡੇਲੀ ਤਕਰੀਬਨ ਐਵਰੇਜ 1.25 ਲੱਖ 1.5 ਲੱਖ ਬੰਦਾ ਗੁਰੂ ਘਰ ਦਰਸ਼ਨਾਂ ਨੂੰ ਆਉਂਦਾ ਹੈ ਔਰ ਇੱਥੇ ਜਿਹੜੇ ਲੋਕ ਬਾਹਰੋਂ ਆਉਂਦੇ ਆ ਉਹਨਾਂ ਨੂੰ ਜਿਹੜੀਆਂ ਸਹੂਲਤਾਂ ਨੇ ਉਸ ਇੰਟਰਨੈਸ਼ਨਲ ਪੱਧਰ ਦੀਆਂ ਨਹੀਂ ਹੈਗੀਆਂ। ਮੇਰੀ ਕੋਸ਼ਿਸ਼ ਹੋਊਗੀ ਕਿ ਇੱਥੇ ਅੰਤਰਰਾਸ਼ਟਰੀ ਪੱਧਰ ਦੀਆਂ ਜਿਹੜੀਆਂ ਸਹੂਲਤਾਂ ਨੇ ਸ਼ਹਿਰ ਦੇ ਵਿੱਚ ਹੋਣ, ਜਿਵੇਂ ਟੂਰਿਸਟ ਗਾਈਡ ਹੋਣ, ਹੈਲਪ ਕੇਂਦਰ ਹੋਣ ਹਰ ਜਗ੍ਹਾ 'ਤੇ, ਉਹ ਆਪਣੇ ਆਪ ਨੂੰ ਮਤਲਬ ਸੁਰੱਖਿਅਤ ਜਿਹਾ ਮਹਿਸੂਸ ਕਰਨ ਕਿਉਂਕਿ ਪਿਛਲੇ ਸਮੇਂ ਦਾ ਮਾਹੌਲ ਬਹੁਤ ਮਾੜਾ ਰਿਹਾ। ਉਹਦੇ ਨਾਲ ਨਾਲ ਅੰਤਰਰਾਸ਼ਟਰੀ ਉਡਾਨਾਂ ਜਿਹੜੀਆਂ ਅਮੈਰੀਕਾ ਕੈਨੇਡਾ ਦੀਆਂ ਡਾਇਰੈਕਟ ਸਨ ਯੂਰਪ ਦੀਆਂ, ਉਹ ਕੈਂਸਲ ਹੋ ਚੁੱਕੀਆਂ ਨੇ, ਇਨਡਾਇਰੈਕਟ 'ਤੇ ਜਾ ਰਹੀਆਂ ਨੇ, ਹੁਣ 2-3 ਹੋਈਆਂ ਨੇ ਸ਼ੁਰੂ, ਬਟ ਮੇਰੀ ਲੜਾਈ ਰਹੂਗੀ ਕਿ ਇਹ ਡਾਇਰੈਕਟ ਫਲਾਈਟਾਂ ਇੱਥੇ ਉਤਰਨ ਔਰ ਲੋਕ ਇੱਥੇ ਦਰਸ਼ਨਾਂ ਨੂੰ ਆਉਣ। ਔਰ ਸਭ ਤੋਂ ਵੱਡੀ ਗੱਲ ਮੈਂ ਚਾਹੁੰਦਾ ਹਾਂ ਗੁਰੂ ਨਗਰੀ ਦਾ ਜਿਹੜਾ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਆ, ਇਹ ਟਰਾਂਜ਼ਿਟ ਹੱਬ ਬਣੇ, ਜਿੱਦਾਂ ਸਿੰਗਾਪੁਰ ਟਰਾਂਜ਼ਿਟ ਹੱਬ ਆ, ਯੂਰਪ ਅਮੈਰੀਕਾ ਤੋਂ ਜਿੰਨੇ ਲੋਕ ਵੀ ਆਉਂਦੇ ਨੇ ਉਹ ਏਸ਼ੀਆ 'ਚ ਜਾਂ ਅਲੱਗ ਅਲੱਗ ਆਸਟ੍ਰੇਲੀਆ ਨੂੰ ਜਾਣ ਵਾਸਤੇ ਸਿੰਗਾਪੁਰ ਤੋਂ ਟਰਾਂਜ਼ਿਟ ਅੱਗੇ ਅਲੱਗ ਅਲੱਗ ਦੇਸ਼ਾਂ ਨੂੰ ਜਾਂਦੇ। ਮੇਰੀ ਲੜਾਈ ਹੋਊਗੀ ਇਸ ਜੀਵਨ ਦੇ ਵਿੱਚ ਕਿ ਮੈਂ ਇਹ ਜਿਹੜੀ ਟਰਾਂਜ਼ਿਟ ਹੱਬ ਆ ਇੱਥੇ ਕਾਮਯਾਬ ਕਰ ਸਕਾਂ ਔਰ ਇੱਥੇ ਬਣੇ। ਔਜਲਾ ਸਾਹਿਬ, ਤੁਸੀਂ ਦੱਸਿਆ ਕਿ ਇੱਥੇ ਟਰਾਂਜ਼ਿਟ ਹੱਬ ਤੁਸੀਂ ਬਣਾਉਣਾ ਚਾਹੁੰਦੇ ਹੋ, 1 ਲੱਖ ਤੋਂ ਵੱਧ ਟੂਰਿਸਟ ਇੱਥੇ ਆਉਂਦੇ ਨੇ, ਦਰਬਾਰ ਸਾਹਿਬ ਦੇ ਜੇ ਆਲੇ ਦੁਆਲੇ ਨੂੰ ਛੱਡ ਦਈਏ, ਜਿੱਦਾਂ ਅਕਾਲੀ ਦਲ ਵਾਲੇ ਕਲੇਮ ਕਰਦੇ ਨੇ ਕਿ ਅਸੀਂ ਅੰਮ੍ਰਿਤਸਰ ਲਈ ਬਹੁਤ ਕੰਮ ਕੀਤਾ, ਅਤੇ ਸਾਰੇ ਸ਼ਹਿਰ ਵਿੱਚ ਗੰਦਗੀ ਦੇ ਢੇਰ ਲੱਗੇ ਹੋਏ ਨੇ, ਅਤੇ ਜਿਹੜੇ ਟੂਰਿਸਟ ਨੇ ਉਹ ਇੱਥੋਂ ਦਾ ਕੀ ਪ੍ਰਭਾਵ ਲੈ ਕੇ ਜਾਣਗੇ? ਦੇਖੋ ਜਿਹੜੇ ਲੋਕ ਕਹਿੰਦੇ ਕੰਮ ਕੀਤਾ, ਮੈਂ ਇੱਕ ਸਮਝਦਾ ਉਹ ਸਿਆਸੀ ਨੀਂਦ 'ਚ ਸੁੱਤੇ ਰਹੇ ਨੇ। ਦੇਖੋ ਜਿੰਨਾ ਚਿਰ ਜੇ ਤੁਹਾਨੂੰ ਆਲਾ ਦੁਆਲਾ ਹੀ ਨਹੀਂ ਦਿਖਿਆ, ਜੇ ਤੁਹਾਨੂੰ ਗੰਦ ਦੀ ਢੇਰ ਦੇਖਦੇ ਹੀ ਨਹੀਂ ਗੇ, ਜੇ ਤੁਹਾਨੂੰ ਸੀਵਰੇਜ ਤੋਂ ਬਗੈਰ, ਸੜਕਾਂ ਤੋਂ ਬਗੈਰ ਇਲਾਕੇ ਨਹੀਂ ਦੇਖਦੇ, ਜੇ ਤੁਹਾਨੂੰ ਨਸ਼ਾ ਗਲੀ ਗਲੀ 'ਚ ਵਿਕਦਾ ਦਿਖਦਾ ਹੀ ਨਹੀਂਗਾ, ਤਾਂ ਫਿਰ ਮੇਰਾ ਖਿਆਲ ਤੁਸੀਂ ਵੋਟਾਂ ਮੰਗਣ ਦਾ ਵੀ ਤੁਹਾਨੂੰ ਕੋਈ ਹੱਕ ਨਹੀਂਗਾ। ਤੁਸੀਂ 10 ਸਾਲ ਪਾਵਰ 'ਚ ਰਹਿ ਕੇ ਵੀ ਇਹ ਕੁਝ ਲੋਕਾਂ ਨੂੰ ਦੱਸ ਰਹੇ ਜੇ, ਅਤੇ ਮੇਰਾ ਖਿਆਲ ਹੈ ਤੁਸੀਂ ਆਪਣੇ ਆਪ ਨੂੰ ਮੂਰਖ ਬਣਾ ਰਹੇ ਜੇ, ਇਹਦੇ 'ਚ ਹੋਰ ਕੁਛ ਨਹੀਂ। ਤੁਸੀਂ ਕੈਪਟਨ ਅਮਰਿੰਦਰ ਸਿੰਘ ਰਾਂ ਦੀ ਅਗਵਾਈ 'ਚ ਇਲੈਕਸ਼ਨ ਲੜ ਰਹੇ ਹੋ, ਇੱਥੋਂ ਜਿਹੜੇ ਅੰਮ੍ਰਿਤਸਰ ਦੇ ਲੋਕ ਸੀ ਉਹਨਾਂ ਨੇ ਕੈਪਟਨ ਸਾਹਿਬ ਨੂੰ ਬੜੇ ਭਾਰੀ ਬਹੁਮਤ ਨਾਲ ਇੱਕ BJP ਦੇ ਵੱਡੇ ਲੀਡਰ ਨੂੰ ਹਰਾ ਕੇ ਪਾਰਲੀਮੈਂਟ 'ਚ ਭੇਜਿਆ ਸੀ, ਪਰ ਉਹਨਾਂ ਦੀ ਕਾਰਜਕਾਰੀ ਨੇ ਕਾਫੀ ਨਿਰਾਸ਼ ਕੀਤਾ ਲੋਕਾਂ ਨੂੰ, ਇਹਦੇ ਬਾਰੇ ਕੁਝ ਕਹਿਣਾ ਚਾਹੋਗੇ? ਨਹੀਂ, ਦੇਖੋ ਇਹਦਾ ਨਾ ਤਰੀਕਾ ਵੇਖਣ ਦਾ ਹੋ ਰਿਹਾ, ਅੱਧਾ ਗਲਾਸ ਪਾਣੀ ਦਾ ਹੋਵੇ, ਕੋਈ ਕਹਿੰਦਾ ਜੀ ਅੱਧਾ ਗਲਾਸ ਭਰਿਆ, ਕੋਈ ਕਹਿੰਦਾ ਜੀ ਨਹੀਂ ਅੱਧਾ ਗਲਾਸ ਖਾਲੀ, ਇਹ ਤਰੀਕਾ ਹੈ ਦੇਖਣ ਦਾ, ਪਾਣੀ ਹੈਗਾ ਅੱਧਾ ਗਲਾਸ। ਕੈਪਟਨ ਸਾਹਿਬ ਨੇ ਇੱਕ ਪਹਿਲੇ ਦਿਨ ਤੋਂ ਕਿਹਾ ਉਹਨਾਂ ਨੇ ਖੁਦ ਕਿ ਮੇਰਾ ਇੰਟਰਸਟ ਪੰਜਾਬ ਆ, ਮੇਰਾ ਇੰਟਰਸਟ ਸੈਂਟਰ ਨੀਗਾ, ਪੰਜਾਬ ਨਾਲ ਜੁੜੇ ਮੁੱਦੇ ਮੈਂ ਪੰਜਾਬ ਨੂੰ ਰਾਹਤ ਦਿਵਾਉਣਾ ਚਾਹੁੰਦਾ। ਜਿਹੜੀ ਆ ਗੁਲਾਮੀ ਦਾ ਮੁੱਦਾ ਪਿਛਲੇ 10 ਸਾਲਾਂ ਤੋਂ ਇੱਕ ਬਹੁਤ ਵੱਡਾ ਡਰ ਦਾ ਮਾਹੌਲ ਜਿਹੜਾ ਚੱਲਦਾ ਸੀ, ਮੈਂ ਇਹਨੂੰ ਠੀਕ ਕਰਨਾ ਚਾਹੁੰਦਾ। ਔਰ ਉਹਨਾਂ ਦੇਖੋ ਕਿਸਾਨ ਆਤਮ ਹੱਤਿਆ ਕਰ ਰਿਹਾ ਸੀ, ਉਹਨਾਂ ਨੇ ਡਟ ਕੇ ਮੁੱਦਾ ਚੱਕਿਆ, ਕਿਸਾਨ ਮੰਡੀਆਂ 'ਚ ਰੁਲ ਰਿਹਾ ਸੀ, ਕਣਕ ਦਾ ਭਾਅ ਨਹੀਂ ਸੀ ਮਿਲਦਾ, ਡਟ ਕੇ ਚੱਕਿਆ, ਨਸ਼ਿਆਂ ਦਾ ਮੁੱਦਾ ਉਹਨਾਂ ਨੇ ਡਟ ਕੇ ਲਿਆ ਵੀ 4 ਹਫ਼ਤਿਆਂ 'ਚ ਮੈਂ ਨਸ਼ਾ ਖਤਮ ਕਰੂੰ ਪੰਜਾਬ ਦਾ। ਔਰ ਅਸੀਂ ਸਾਡੀ ਪਾਰਟੀ ਨੇ 1.5 ਮਹੀਨਾ ਅਸੀਂ ਪੋਖੜ ਤਾਰ ਰੱਖੀ ਕੇ ਬੈਠੇ ਰਹੇ ਚੰਡੀਗੜ੍ਹ। ਔਰ ਉਸ ਤੋਂ ਇਲਾਵਾ ਟ੍ਰੇਡ ਐਂਡ ਇੰਡਸਟਰੀ ਦਾ ਉਹਨਾਂ ਕਿਹਾ ਵੀ ਜਿੰਨੀ ਇੰਡਸਟਰੀ ਉੱਜੜ ਚੁੱਕੀ ਹੈ ਮੈਂ ਵਾਪਸ ਲਿਆਉਣ ਦੀ ਕੋਸ਼ਿਸ਼ ਕਰਾਂਗਾ। ਅਤੇ ਜੇ ਉਹ ਪੰਜਾਬ ਦੀ ਗੱਲ ਕਰਦੇ ਆ ਤਾਂ ਇੱਕ ਗੱਲ ਸਮਝੋ, ਸ਼੍ਰੀ ਅੰਮ੍ਰਿਤਸਰ ਸਾਹਿਬ ਪੰਜਾਬ ਦਾ ਹਿੱਸਾ ਆ, ਇਹ ਪੰਜਾਬ ਤੋਂ ਵੱਖਰਾ ਨਹੀਂ ਗਾ। ਉਹ ਸਮੁੱਚੇ ਪੰਜਾਬ ਦੀ ਗੱਲ ਕਰਦੇ ਤਾਂ ਅੰਮ੍ਰਿਤਸਰ ਆਪਣੇ ਆਪ ਹੀ ਵਿੱਚ ਆ ਜਾਂਦਾ ਹੈ। ਕਿਸਾਨਾਂ ਦੀਆਂ ਬਹੁਤ ਸਾਰੀਆਂ ਪ੍ਰੋਬਲਮ ਨੇ ਜੀ, ਮਾਲਵੇ 'ਚ ਤਾਂ ਬਹੁਤ ਸਾਰੇ ਕਿਸਾਨ ਜਿਹੜੇ ਨੇ ਉਹ ਖੁਦਕੁਸ਼ੀਆਂ ਦੇ ਰਾਹ ਪਏ ਨੇ, ਅਤੇ ਮਾਝੇ ਏਰੀਏ ਦੇ ਵਿੱਚ ਬਾਰਡਰ ਦੇ ਨੇੜੇ ਜਿਹੜੇ ਪਿੰਡ ਨੇ ਉਹਨਾਂ ਦੀਆਂ ਬੜੀਆਂ ਵੱਡੀਆਂ ਸਮੱਸਿਆਵਾਂ ਨੇ, ਉਹਨਾਂ ਬਾਰੇ ਤੁਸੀਂ ਕੁਝ ਕਰਨ ਜਾ ਰਹੇ ਹੋ? ਬਿਲਕੁਲ, ਇੱਕ ਨਾ ਜੀ ਸਾਡੇ UPA ਗੌਰਮੈਂਟ 'ਚ ਸਰਦਾਰ ਮਨਮੋਹਨ ਸਿੰਘ ਹੋਣਾ ਇੱਕ SCZ ਦਿੱਤਾ ਸੀ ਅੰਮ੍ਰਿਤਸਰ ਨੂੰ,
15,000 crore ਦਾ DLF ਦਾ ਪ੍ਰੋਜੈਕਟ ਉਹ ਪਾਸ ਹੋਇਆ ਸੀ, ਅਪਰੂਵ ਹੋਇਆ ਸੀ, ਪਰ ਉਹ ਅਜੇ ਇਹਨਾਂ ਦੀਆਂ ਨਗੌਲੀਆਂ ਕਰਕੇ ਜਾਂ ਇਹਨਾਂ ਦੇ ਨਜ਼ਰਅੰਦਾਜ਼ ਕੀਤਾ ਗਿਆ ਹੈ ਬਾਰਡਰ ਏਰੀਏ ਨੂੰ, ਉਹਦੇ ਕਰਕੇ ਉਹ ਪੈਂਡਿੰਗ ਪਿਆ। ਮੇਰੀ ਕੋਸ਼ਿਸ਼ ਹੋਊਗੀ ਜੇ SEZ ਆਉਂਦਾ ਹੈ ਅੰਮ੍ਰਿਤਸਰ ਉਹ ਬਾਰਡਰ ਏਰੀਏ ਦੇ ਨਾਲ ਇੰਡਸਟਰੀ ਏਰੀਆ ਹੋਵੇ ਤਾਂ ਕਿ ਲੋਕ ਉੱਥੇ ਆਪਣੀ ਜ਼ਿੰਦਗੀ ਬਸਰ ਸਹੀ ਕਰ ਸਕਣ। ਔਰ ਮੈਂ ਹੋਰ ਦੱਸਣਾ ਚਾਹੁੰਦਾ, ਅੱਜ ਦੁਨੀਆ 'ਚ ਸਭ ਤੋਂ ਮਹਿੰਗਾ ਘਰ ਹਿੱਲ ਸਟੇਸ਼ਨ ਦੇ ਉੱਤੇ ਰਿਵਰ ਵਿਊ, ਕਨਾਲ ਵਿਊ, ਬੀਚ ਵਿਊ ਹੁੰਦੇ ਆ, ਔਰ ਇੱਥੇ ਰਾਵੀ ਦਰਿਆ ਰਹਿੰਦਾ ਹੈਗਾ ਸਾਡੇ ਲਾਗੇ। ਮੇਰੀ ਲੜਾਈ ਹੋਊਗੀ ਕਿ ਰਾਵੀ ਦਰਿਆ ਜਿਹੜਾ ਉਹ ਸੈਲਾਨੀਆਂ ਦਾ ਕੇਂਦਰ ਬਣੇ, ਜੋ ਸੈਲਾਨੀਆਂ ਨੂੰ ਸਹੂਲਤਾਂ ਉੱਥੇ ਚਾਹੀਦੀਆਂ, ਚੌੜੀਆਂ ਸੜਕਾਂ, ਪਾਰਕ ਚਾਹੀਦੇ ਆ। ਮੈਂ ਕੋਸ਼ਿਸ਼ ਕਰੂੰਗਾ, ਕਿਉਂਕਿ ਸਾਰਾ ਬਾਰਡਰ ਏਰੀਆ ਲੱਗਦਾ ਹੈ ਨਾਲ, ਲੋਕਾਂ ਦੀ ਜ਼ਿੰਦਗੀ ਦਾ ਪੱਧਰ ਉੱਚਾ ਚੁੱਕ ਸਕੇ, ਲੋਕ ਇੱਥੇ ਆ ਕੇ ਵੱਸਣ ਔਰ ਰਹਿਣ। ਔਰ ਜਿਹੜਾ ਸੈਲਾਨੀ ਇੱਕ ਦਿਨ ਅੰਮ੍ਰਿਤਸਰੋਂ ਹੋ ਕੇ ਮੁੜ ਜਾਂਦਾ, ਵੀ ਗੁਰੂ ਸਾਹਿਬ ਘਰ ਮੱਥਾ ਟੇਕਿਆ, ਸ਼ਾਮ ਨੂੰ ਰੀਟਰੀਟ ਸੈਰਾਮਨੀ ਦੇਖੀ ਅਤੇ ਬਸ ਚਲੇ ਗਏ। ਮੈਂ ਕੋਸ਼ਿਸ਼ ਕਰੂੰ 4-5 ਦਿਨ ਇੱਥੇ ਰਹੇ, ਗੁਰੂ ਘਰ ਦੀ ਨਗਰੀ ਦਾ ਆਨੰਦ ਲਵੇ। ਤੁਹਾਨੂੰ ਲੋਕਾਂ ਵੱਲੋਂ ਬੜਾ ਭਰਪੂਰ ਹਲਾਰਾ ਮਿਲ ਰਿਹਾ, ਦੇਖ ਰਹੇ ਹਾਂ ਜਿਸ ਤਰ੍ਹਾਂ ਦਾ ਰਸ਼ ਹੈ ਤੁਹਾਡੇ ਇੱਥੇ ਘਰ ਵੀ, ਆਫਿਸ ਵੀ, ਔਰ ਤੁਹਾਡੀਆਂ ਰੈਲੀਆਂ ਵਿੱਚ ਵੀ। ਤੁਸੀਂ ਆਪਣਾ ਮੁਕਾਬਲਾ ਕਿਹਦੇ ਨਾਲ ਵੇਖ ਰਹੇ ਹੋ, BJP ਨਾਲ ਜਾਂ ਆਮ ਆਦਮੀ ਪਾਰਟੀ? ਦੇਖੋ, ਮੈਂ ਮੁਕਾਬਲਾ ਕਦੀ ਕਰਦਾ ਨਹੀਂਗਾ। ਮੈਂ ਕਹਿੰਦਾ ਮੈਂ ਮੁੱਦਿਆਂ ਦੀ ਲੜਾਈ ਲੜ ਰਿਹਾ, ਉਹ ਵੀ ਲੜਾਈ ਲੜਨ, ਸੰਗਤ ਨੇ ਵੇਖਣਾ ਵੋਟ ਕਿਹਨੂੰ ਪਾਉਣੀ। ਮੈਂ ਨਹੀਂ ਕਹਿੰਦਾ ਕਿ ਮੇਰਾ ਕਿਸੇ ਨਾਲ ਮੁਕਾਬਲਾ, ਉਹ ਸੋਚਦੇ ਹੋਣਗੇ, ਮੈਂ ਨਹੀਂ ਕਹਿ ਸਕਦਾ। ਦੇਖੋ, ਉਹਨਾਂ ਨੂੰ ਵੋਟ ਮਿਲੀ, ਪਾਰਟੀ ਦੀ ਟਿਕਟ ਮਿਲੀ ਆ, ਉਹਨਾਂ ਵੀ ਆਪਣਾ ਪ੍ਰਚਾਰ ਕਰਨਾ, ਮੈਂ ਵੀ ਆਪਣਾ ਪ੍ਰਚਾਰ ਕਰ ਰਿਹਾ। ਸੋ ਮੁਕਾਬਲੇ ਵਾਲੀ ਮੇਰੀ ਕੋਈ ਗੱਲ ਨਹੀਂ ਗੀ, ਮੈਨੂੰ ਲੱਗਦਾ ਲੋਕਾਂ ਦਾ ਵਿਸ਼ਵਾਸ ਮੇਰੇ 'ਚ ਬਣਿਆ ਆ। ਮੈਂ ਗੁਰੂ ਨਗਰੀ ਦੇ ਮੁੱਦੇ ਜਿਹੜੇ ਆ ਉਹ ਮੈਂ ਡੱਟ ਕੇ ਚੱਕੇ ਆ ਪਿਛਲੇ 10 ਸਾਲ, ਉਹ ਤੁਸੀਂ ਸਾਰੇ ਵਿਦੇਸ਼ੀ ਭਰਾ ਵੀ ਜਾਣਦੇ ਆ ਔਰ ਦੇਸ਼ 'ਚ ਬੈਠੇ ਵੀ ਜਾਣਦੇ। ਮੈਂ ਕੋਈ ਮੁੱਦਾ ਇਹੋ ਜਿਹਾ ਨਹੀਂ ਛੱਡਿਆ ਜਿੱਥੇ ਮੈਂ ਨਾ ਡੱਟ ਕੇ ਕੰਮ ਕੀਤਾ ਹੋਊ। ਆਪ ਪਾਰਟੀ, ਇੱਕ ਨਵੀਂ ਪਾਰਟੀ ਆਈ ਹੈ ਜੀ, ਉਹਨਾਂ ਵੱਲੋਂ ਵਾਰ ਵਾਰ ਇਲਜ਼ਾਮ ਲਾਇਆ ਜਾਂਦਾ ਕਿ ਕਾਂਗਰਸ ਅਤੇ ਅਕਾਲੀ ਦਲ, ਕਿਉਂਕਿ ਅਕਾਲੀ ਦਲ ਜਿਹੜਾ ਉਹ ਬੁਰੀ ਤਰ੍ਹਾਂ ਹਾਰ ਰਿਹਾ ਔਰ ਮਿਲ ਕੇ ਗੇਮ ਖੇਡ ਰਿਹਾ, ਤੁਹਾਡਾ ਇਹਦੇ ਬਾਰੇ ਕੋਈ ਕਮੈਂਟ? ਦੇਖੋ, ਤੁਸੀਂ ਕਿਸੇ ਦੇ ਇਲਜ਼ਾਮਬਾਜ਼ੀ ਕਰ ਦੇਣੀ ਅਤੇ ਇਹ ਤਾਂ ਇੱਕ ਪਰੰਪਰਾ ਹੈ ਰਾਜਨੀਤੀ ਦੀ। ਔਰ ਜਿੱਥੋਂ ਤੱਕ ਰਲਿਆਂ ਦੀ ਗੱਲ ਹੈ, ਹੁਣ ਕਪਤਾਨ ਸਾਹਿਬ ਬਾਦਲ ਦੇ ਵਿਰੁੱਧ ਲੜ ਰਹੇ ਆ, ਇੱਥੇ ਕੀ ਕਹੋਗੇ ਤੁਸੀਂ ਕਿ ਇਹ ਵੀ ਰਲੇ ਆ ਵੀ ਉਹ ਕਹਿੰਦੇ ਇਹਨੂੰ ਵੋਟਾਂ ਨਾ ਪਾਓ, ਇਹਨੂੰ ਵੋਟਾਂ ਪਾ ਦਿਓ? ਇਹ ਇੱਕ ਆਮ ਆਦਮੀ ਪਾਰਟੀ ਜੀ ਸਦਕੇ, ਦੇਖੋ ਵੋਟ ਮੰਗਣਾ, ਪਾਰਟੀ ਬਣਾਉਣਾ ਹਰ ਇੱਕ ਦਾ ਅਧਿਕਾਰ ਆ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਆਪਣੇ ਮੰਚ ਤੋਂ ਕਿ ਦੇਖੋ, ਤੁਹਾਨੂੰ 5-7 ਸਾਲ ਹੋ ਗਏ ਆ ਪੰਜਾਬ ਵੱਲ ਨਿਗਾਹ ਰੱਖੀ ਨੂੰ ਕਿ ਅਸੀਂ ਪੰਜਾਬ 'ਚ ਸਰਕਾਰ ਬਣਾਉਣੀ ਹੈ। ਮੈਨੂੰ ਕੋਈ ਮੁੱਦਾ ਦੱਸਣ ਆਮ ਆਦਮੀ ਪਾਰਟੀ ਵਾਲੇ ਜਿਹੜਾ ਇਹਨਾਂ ਸੜਕਾਂ 'ਤੇ ਲੈ ਕੇ, ਕਿਉਂਕਿ ਡੈਮੋਕ੍ਰੇਸੀ ਦਾ ਇੱਕ ਤਰੀਕਾ ਆ, ਇਹਦੇ ਵਿੱਚ ਅਸੀਂ ਜੇ ਕੋਈ ਸਾਨੂੰ ਹੱਕ ਨਹੀਂ ਮਿਲਦਾ ਤਾਂ ਅਸੀਂ ਸੜਕਾਂ 'ਤੇ ਉਤਰਦੇ ਹਾਂ, ਐਜੀਟੇਸ਼ਨ ਕਰਦੇ ਹਾਂ, ਉਹਦੇ ਨਾਲ ਪ੍ਰੈਸ਼ਰ ਬਣਦਾ ਗੌਰਮੈਂਟਾਂ 'ਤੇ, ਗੌਰਮੈਂਟਾਂ ਗੋਡੇ ਪਾਰ ਹੋ ਜਾਂਦੀਆਂ ਨੇ ਵੀ ਨਹੀਂ ਸਾਨੂੰ ਇਹਦੇ 'ਤੇ ਗੌਰ ਕਰਨਾ ਪਊਗਾ। ਨਸ਼ਿਆਂ ਦਾ ਮੁੱਦਾ ਸੀ, ਭੁੱਖ ਹੜਤਾਲ ਰੱਖੀ ਆਮ ਆਦਮੀ ਕਿੱਥੇ ਸੀ ਜੀ ਉਦੋਂ? ਆਮ ਆਦਮੀ ਦੇ ਜਦਕਿ ਸਾਰੇ ਬੰਦੇ ਇੱਥੇ ਸਨ, ਸਾਰੇ ਲੋਕ ਉਦੋਂ ਇਹਨਾਂ ਦਾ ਕੰਮ ਕਰ ਰਹੇ ਸੀ, ਕਿਸਾਨ ਆਤਮ ਹੱਤਿਆ ਕਰ ਰਿਹਾ ਸੀ, ਆਮ ਆਦਮੀ ਦੱਸਣ ਕਿੱਥੇ ਧਰਨਾ ਦਿੱਤਾ? ਬਰਗਾੜੀ ਕਾਂਡ ਹੋਇਆ, ਮੈਨੂੰ ਦੱਸਣ ਆਮ ਆਦਮੀ ਪਾਰਟੀ ਨੇ ਕਿੱਥੇ ਧਰਨਾ ਦਿੱਤਾ? ਤੁਸੀਂ ਦੇਖੋ, ਅੱਜ ਇੱਕ ਵੀਡੀਓ ਕਲਿੱਪ ਬਣਾ ਕੇ ਜਾਂ ਇੱਕ ਮੁੱਦੇ ਤੁਸੀਂ ਮਤਲਬ ਜੁਮਲੇਬਾਜ਼ੀ ਜਾਂ ਚੁਟਕਲੇ ਸੁਣਾ ਕੇ ਹੱਲ ਨਹੀਂ ਹੋਣੇ, ਉਹਦੇ ਨਾਲ ਵਟਸਐਪ 'ਤੇ ਭੇਜਿਆ ਹੱਲ ਨਹੀਂ ਹੋਣੇ, ਤੁਹਾਨੂੰ ਮਿੱਟੀ ਨਾਲ ਮਿੱਟੀ ਹੋਣਾ ਪੈਣਾ। ਮੇਰੇ ਨਾਲ ਗੱਲ ਕਰਨ, ਕਿੱਥੇ ਸਨ ਆਮ ਆਦਮੀ ਪਾਰਟੀ ਦੇ ਜਿੰਨੇ ਕੈਂਡੀਡੇਟ ਇੱਥੇ ਇਲੈਕਸ਼ਨ ਲੜ ਰਹੇ ਆ ਪਿਛਲੇ 5-7 ਸਾਲਾਂ ਤੋਂ? ਉਹ ਲੋਕ ਤਾਂ ਇੱਥੇ ਰਹਿ ਰਹੇ ਸਨ ਨਾ, ਪਾਰਟੀ ਚਲੋ ਲੇਟ ਆਈ, ਉਹ ਦੱਸਣ ਉਹ ਕਿੱਥੇ ਖੜੇ ਸੀ ਸਟੈਂਡ ਲੈਂਦੇ ਅੰਮ੍ਰਿਤਸਰ ਦੀ ਧਰਤੀ 'ਤੇ? ਜੀ, ਨਵਜੋਤ ਸਿੰਘ ਸਿੱਧੂ 3 ਵਾਰ ਇੱਥੋਂ MP ਰਹੇ ਨੇ ਜੀ, ਉਹਨਾਂ ਦਾ ਕਾਫੀ ਅਸਰ ਸੂਖ ਸੀ, ਉਹ ਕਾਂਗਰਸ 'ਚ ਆਏ ਨੇ, ਉਹਦੇ ਨਾਲ ਤੁਹਾਡੀ ਚੋਣ ਮੁਹਿੰਮ ਨੂੰ ਕਿੰਨਾ ਹੰਗਾਰਾ ਮਿਲਿਆ ਅਤੇ ਕਿਸ ਤਰ੍ਹਾਂ ਦਾ ਜਿਹੜਾ ਉਹ ਫੀਲਡ 'ਚ ਕੰਮ ਜਿਹੜਾ ਕਰ ਰਹੇ ਨੇ ਤੁਹਾਡੇ? ਬਹੁਤ ਵਧੀਆ ਜੀ, ਨਵਜੋਤ ਸਿੰਘ ਸਿੱਧੂ ਇੱਕ ਇਮਾਨਦਾਰ ਬੰਦੇ ਨੇ, ਔਰ ਮੈਂ ਤਾਂ ਹਮੇਸ਼ਾ ਹੀ ਕਿਹਾ ਸੀ ਰਾਈਟ ਮੈਨ ਰੋਂਗ ਪਾਰਟੀ 'ਚ, ਔਰ ਅੱਜ ਉਹ ਸਹੀ ਜਗ੍ਹਾ 'ਤੇ ਨੇ, ਔਰ ਉਹਨਾਂ ਦਾ ਬਹੁਤ ਵੱਡਾ ਹੰਗਾਰਾ ਮੈਨੂੰ ਅਤੇ ਮੇਰੀ ਇਲੈਕਸ਼ਨ 'ਤੇ ਬਹੁਤ ਵੱਡਾ, ਆਮ ਲੋਕ ਅੰਮ੍ਰਿਤਸਰ ਦੇ ਉੱਚ ਵਿਸ਼ਵਾਸ ਕਰਦੇ ਨੇ ਕਿ ਇਮਾਨਦਾਰ ਬੰਦਾ ਆ ਔਰ ਇਮਾਨਦਾਰੀ ਨਾਲ ਕੰਮ ਕਰਦਾ ਹੈ, ਔਰ ਮੇਰੀ ਤਾਂ ਮੇਰੀ ਤਾਂ ਖੈਰ ਲਾਈਨਮੈਂਟ ਹੀ ਬਹੁਤ ਵਧੀਆ ਇਸ ਕੰਮ ਨਾਲ ਹੈਗੀ, ਕਿਉਂਕਿ ਮੈਂ ਖੁਦ ਇਸ ਮੁੱਦੇ ਇਸ ਸਹਿਮਤ ਹੈ ਇਸ ਵਿਚਾਰ ਦੇ ਨਾਲ ਕਿ ਇਮਾਨਦਾਰੀ ਨਾਲ ਸੇਵਾ ਕਰਨੀ ਚਾਹੀਦੀ ਹੈ। ਔਜਲਾ ਸਾਹਿਬ, NRI ਭਰਾਵਾਂ ਨੂੰ ਅਤੇ ਆਪਣੇ ਵੋਟਰਾਂ ਨੂੰ ਕੋਈ ਖਾਸ ਮੈਸੇਜ ਜੇ ਤੁਸੀਂ ਦੇਣਾ ਚਾਹੋ ਤਾਂ ਉਹ ਇਸ ਪਲੇਟਫਾਰਮ ਤੋਂ ਦੇ ਸਕਦੇ? ਮੇਰੀ ਇੱਕ ਹੀ ਬੇਨਤੀ ਆ, ਦੇਖੋ ਗੁਰੂ ਨਗਰੀ ਨੇ ਬਹੁਤ ਸੰਤਾਪ ਝੱਲਿਆ, ਸਾਰੇ ਪੰਜਾਬ ਨੇ ਝੱਲਿਆ ਵਾ। ਦੇਖੋ, ਆਪਾਂ ਆਪਸੀ ਹੋ ਸਕਦਾ ਕਿਸੇ ਨਾਲ ਕਿਹੜ ਹੋਵੇ, ਕਿਸੇ ਨਾਲ ਕੋਈ ਮੁਸ਼ਕਿਲ ਹੋਵੇ, ਇਸ ਵੇਲੇ ਆਮ ਆਦਮੀ ਪਾਰਟੀ ਦੀ ਮਦਦ ਕਰਨਾ ਮੈਂ ਸਮਝਦਾ। ਤੁਸੀਂ ਦੇਖੋ, ਅਕਾਲੀਆਂ ਨੂੰ ਦੁਬਾਰਾ ਮੌਕਾ ਦੇਣਾ ਹੈ, ਕਿਰਪਾ ਕਰਕੇ ਤੁਸੀਂ ਕੈਪਟਨ ਅਮਰਿੰਦਰ ਸਿੰਘ ਜੀ ਦਾ ਸਾਥ ਦਿਓ, ਉਹਨਾਂ ਨੇ CM ਬਣਨਾ ਆ, 5 ਸਾਲ ਪੰਜਾਬ NRI ਭਰਾ ਦੱਸ ਦੇਣ, ਜੇ ਕਿਸੇ ਦੀ ਜ਼ਮੀਨ 'ਤੇ ਕਬਜ਼ਾ ਹੋਵੇ, ਉਹਨਾਂ ਦੀਆਂ ਇੱਥੇ ਜਾਇਦਾਦਾਂ ਕਿੰਨੇ ਕਿੰਨੇ ਗੁਣਾ ਹੋ ਗਈਆਂ ਸੀ ਤੁਸੀਂ ਆਪ ਚੈੱਕ ਕਰ ਸਕਦੇ ਜੀ, ਔਰ ਤੁਸੀਂ ਤਗੜੇ ਹੋ ਕੇ ਕਾਂਗਰਸ ਪਾਰਟੀ ਦਾ ਸਾਥ ਦਿਓ ਜਿੱਥੇ ਜਿੱਥੇ ਸਾਡੇ ਉਮੀਦਵਾਰ ਆ। ਮੇਰੀ ਵੀ ਬੇਨਤੀ ਆ ਕਿ ਮੈਂ ਗੁਰੂ ਘਰ ਨਗਰੀ ਦੀ ਸੇਵਾ ਕਰਨੀ ਚਾਹੁੰਦਾ ਹਾਂ, ਅਤੇ ਮੈਨੂੰ ਆਸ ਆ ਕਿ ਤੁਸੀਂ ਮੇਰੇ 'ਚ ਵਿਸ਼ਵਾਸ ਰੱਖੋਗੇ, ਮੇਰੇ ਪਿਛਲੇ ਕੀਤੇ ਹੋਏ ਕੰਮਾਂ ਨੂੰ ਵੇਖਦੇ ਹੋਏ ਮੈਨੂੰ ਇਹ ਮੌਕਾ ਦਿਓ। ਮੈਂ ਤੁਹਾਡੇ NRI ਦੇ ਜਿੰਨੇ ਵੀ ਮਸਲੇ ਹੋਣਗੇ ਇਹ ਮੈਂ ਬੁਲੰਦ ਕਰੂੰਗਾ ਪਾਰਲੀਮੈਂਟ 'ਚ, ਕੋਈ ਮਸਲਾ ਹੋਊਗਾ ਤੁਸੀਂ, ਮੇਰਾ ਘਰ ਖੁੱਲ੍ਹਾ ਆ, ਮੇਰੇ ਫੋਨ ਨੰਬਰ, ਮੇਰੀ ਫੇਸਬੁੱਕ, ਸਭ ਕੁਝ ਚੱਲਦਾ ਆ,
ਕਿਰਪਾ ਕਰਕੇ ਮੇਰੇ ਧਿਆਨ 'ਚ ਲਿਆਇਓ। ਜੇਕਰ ਤੁਸੀਂ ਮੇਰੇ 'ਚ ਵਿਸ਼ਵਾਸ ਰੱਖਦੇ, ਜੇ ਲੋਕ ਵਿਸ਼ਵਾਸ ਰੱਖਦੇ ਨੇ, 11 ਮਾਰਚ ਤੋਂ ਬਾਅਦ ਤੁਹਾਨੂੰ ਗੁਰੂ ਦੀ ਨਗਰੀ ਦੇ ਨਾਲ ਕੋਈ ਵੀ ਕੰਪਲੇਂਟ ਹੋਊਗੀ, ਤੁਹਾਡਾ ਸੇਵਾਦਾਰ ਇੱਥੇ ਤੁਹਾਨੂੰ ਹਮੇਸ਼ਾ ਮਿਲੂਗਾ। ਔਜਲਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਤੁਹਾਡੀ ਇਲੈਕਸ਼ਨ ਵਾਸਤੇ ਅਤੇ ਤੁਹਾਡੇ ਲਈ, ਤੁਹਾਡੇ ਪਰਿਵਾਰ ਵਾਸਤੇ ਸ਼ੁਭਕਾਮਨਾਵਾਂ ਦਿੰਦੇ ਹਾਂ। ਧੰਨਵਾਦ ਜੀ। ਦੋਸਤੋ, ਇਹ ਸਨ ਗੁਰਜੀਤ ਸਿੰਘ ਔਜਲਾ, ਜਿਨ੍ਹਾਂ ਨਾਲ ਅਸੀਂ ਤੁਹਾਡੀ ਗੱਲਬਾਤ ਕਰਾਈ। ਆਸ ਹੈ ਕਿ ਤੁਸੀਂ ਜ਼ਰੂਰ ਉਹਨਾਂ ਦੀਆਂ ਜਿਹੜੀਆਂ ਗੱਲਾਂ ਉਹਨਾਂ ਨੂੰ ਧਿਆਨ ਨਾਲ ਸੁਣਿਆ ਹੋਵੇਗਾ, ਅਤੇ ਆਉਣ ਵਾਲੇ ਸਮੇਂ 'ਚ ਜਦੋਂ ਇਹ MP ਬਣ ਕੇ ਜਾਣਗੇ, ਇਹਨਾਂ ਕੋਲੋਂ ਦੁਬਾਰਾ ਆਪਾਂ ਇਹੀ ਕੁਐਸਚਨ ਪੁੱਛਾਂਗੇ ਕਿ ਜਿਹੜੇ ਤੁਸੀਂ ਵਾਅਦੇ ਕੀਤੇ ਸੀ ਉਹ ਲੋਕਾਂ ਨਾਲ ਪੂਰੇ ਕਰ ਰਹੇ ਹੋ ਜਾਂ ਨਹੀਂ। ਸੋ ਸਾਨੂੰ ਦਿਓ ਇੱਥੇ ਇਜਾਜ਼ਤ। ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।